ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ। ਤੁਸੀਂ ਦੇਖ ਰਹੇ ਬੀਬੀਸੀ ਇੰਟਰਨੈਸ਼ਨਲ ਰੇਡੀਓ, ਮੈਂ ਕਾਲਾ ਕਟਾਰੀਆ। ਘੁੰਮਣ ਕਲਾਂ ਦੀ ਨਸ਼ਾ ਰੋਕੂ ਕਮੇਟੀ ਨੇ ਚਾੜ ਦਿੱਤਾ ਨਵਾਂ ਹੀ ਚੰਨ। ਨਸ਼ਾ ਤਸਕਰੀ ਦੇ ਸ਼ੱਕ ਵਿੱਚ ਕੁੱਟ ਕੁੱਟ ਕੇ ਮਾਰਿਆ ਬੰਦਾ। ਸਥਾਨਕ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ। ਲਾਲ ਪਤਾ ਦਲਜਿੰਦਰ ਸਿੰਘ ਉਰਫ ਨੂਰ ਪਿੰਡ ਕੋਠੇ ਮਹਿਰਾਜ ਦਾ ਰਹਿਣ ਵਾਲੇ ਦੇ ਘਰਦਿਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਸਾਡਾ ਬੰਦਾ ਘੁੰਮਣ ਕਲਾਂ ਦੀ ਨਸ਼ਾ ਰੋਕੂ ਕਮੇਟੀ ਨੇ ਚੁੱਕਿਆ। ਪੁਲਿਸ ਦੀ ਤਬਦੀਸ਼ ਵਿੱਚ ਪਤਾ ਲੱਗਾ ਕਿ ਦਲਵਿੰਦਰ ਸਿੰਘ ਉਰਫ ਨੂਰ ਨੂੰ ਨਸ਼ਾ ਰੋਕੂ ਕਮੇਟੀ ਨੇ ਕੁੱਟ ਕੁੱਟ ਕੇ ਮਾਰ ਹੀ ਦਿੱਤਾ। ਅਧਿਕਾਰੀਆਂ ਦੇ ਦੱਸਣ ਮੁਤਾਬਕ ਪੁਲਿਸ ਨੇ ਨਸ਼ਾ ਰੋਕੂ ਕਮੇਟੀ ਦੇ ਦੋ ਪ੍ਰਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ, ਬਾਕੀ ਹੋਰ ਕਈਆਂ ਦੀ ਨਾਮਜ਼ਦਗੀ ਦਰਜ ਕੀਤੀ ਗਈ ਹੈ। ਆਓ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਦੇ ਵੱਡੇ ਖੁਲਾਸੇ ਕਿ ਦਲਜਿੰਦਰ ਸਿੰਘ ਉਰਫ ਨੂਰ ਕਰਕੇ ਇੱਕ ਬੰਦਾ ਹੈਗਾ ਜਿਹੜਾ ਕੋਠੇ ਮਹਾਰਾਜ ਦਾ ਰਹਿਣ ਵਾਲਾ ਸੀਗਾ ਔਰ ਇਹ ਲਾਪਤਾ ਸੀਗਾ ਔਰ ਜਿਹੜੇ ਘਰ ਦੇ ਸੀਗੇ ਉਹਨਾਂ ਨੂੰ ਸ਼ੱਕ ਸੀਗਾ ਕਿ ਜਿਹੜੀ ਘੁੰਮਣ ਕਲਾ ਦੀ ਕਮੇਟੀ ਹੈਗੀ ਹੈ ਉਹਨਾਂ ਨੇ ਇਹਦੇ ਜਿਹੜਾ ਹੈਗਾ ਇਹਨੂੰ ਅਗਵਾ ਕੀਤਾ ਹੈਗਾ ਔਰ ਉਸ ਤੋਂ ਬਾਅਦ ਇਹਦੀ ਕੁੱਟਮਾਰ ਕੀਤੀ ਹੈਗੀ ਹੈ। ਜਿਸ ਸਿਲਸਿਲੇ ਵਿੱਚ ਪਰਚਾ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਗਈ ਔਰ SPD ਸਾਹਿਬ, DSP ਰਾਮਪੁਰਾ, DSP ਮੌੜ ਔਰ ਇਹਨਾਂ ਦੇ ਜਿਹੜੇ SHOs ਹੈਗੇ ਨੇ ਔਰ CIA ਦੀ ਟੀਮਾਂ ਨੇ ਮਿਲ ਕਰਕੇ ਇਹਦੇ 'ਚ ਤਫਤੀਸ਼ ਸਟਾਰਟ ਕੀਤੀ। ਤਫਤੀਸ਼ ਦੌਰਾਨ ਸਾਨੂੰ ਪਤਾ ਲੱਗਿਆ ਕਿ ਜਿਹੜੀ ਘੁੰਮਣ ਕਲਾਂ ਦੀ ਕਮੇਟੀ ਬਣੀ ਹੋਈ ਹੈ ਨਸ਼ਾ ਰੋਕੂ, ਉਹ ਜਿਹਦੇ ਵਿੱਚ ਨਰਦੇਵ ਸਿੰਘ ਉਰਫ ਗੱਗੀ ਅਤੇ ਗੁਰਪ੍ਰੀਤ ਸਿੰਘ ਉਰਫ ਤੱਤੂ ਜਿਹੜੇ ਹੈਗੇ ਨੇ ਆਹ ਮੇਨ ਮੁਖੀਆ ਹੈਗੇ ਉਹਨਾਂ ਦੇ ਔਰ ਇਹਨਾਂ ਲੋਕਾਂ ਨੇ ਇਹ ਬੰਦੇ ਨੂੰ ਰਾਮਪੁਰੇ ਤੋਂ ਜਿਹੜਾ ਹੈਗਾ ਅਗਵਾ ਕੀਤਾ ਸੀਗਾ ਸ਼ੱਕ 'ਤੇ ਕਿ ਹਾਂ ਇਹ ਨਸ਼ਾ ਵੇਚਦਾ ਹੈਗਾ ਔਰ ਉਸ ਤੋਂ ਬਾਅਦ ਇਹਦੀ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਇਹਦੀ ਜਦੋਂ ਮੌਤ ਹੋ ਗਈ ਤਾਂ ਇਹਨਾਂ ਨੇ ਜਿਹੜੀ ਲਾਸ਼ ਸੀਗੀ ਇਹਨੂੰ ਖੁਰਦਬੁਰਦ ਕਰਤਾ, ਉਹਦਾ ਮੋਟਰਸਾਈਕਲ ਅਤੇ ਜਿਹੜਾ ਉਹਦਾ ਮੋਬਾਈਲ ਸੀਗਾ ਉਹਨੂੰ ਵੀ ਖੁਰਦਬੁਰਦ ਕਰਤਾ। ਉਸ ਤਫਤੀਸ਼ ਦੌਰਾਨ ਆਪਾਂ ਇਹ ਦੋ ਬੰਦੇ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਹੈਗੇ ਔਰ ਇਹਨਾਂ ਦੇ ਨਿਸ਼ਾਨਦੇਹੀ 'ਤੇ ਉਹ ਡੈਡ ਬੋਡੀ ਜਿਹੜੀ ਹੈਗੀ ਉਹ ਲਸਾਣਾ ਡਰੇਨ ਤੋਂ ਆਪਾਂ ਰਿਕਵਰ ਕੀਤੀ ਹੈਗੀ ਹੈ। ਇਹਨਾਂ ਨੂੰ ਕਿਸੇ ਨੇ ਦੱਸਿਆ ਸੀਗਾ ਕਿ ਇਹ ਬੰਦਾ ਜਿਹੜਾ ਹੈਗਾ ਨਸ਼ਾ ਵੇਚਦਾ ਹੈ ਔਰ ਇਸੇ ਸਿਲਸਿਲੇ ਵਿੱਚ ਇਹ ਬੰਦੇ ਨੂੰ ਰਾਊਂਡਅਪ ਕੀਤਾ ਸੀਗਾ ਔਰ ਜਦੋਂ ਰਾਊਂਡਅਪ ਕਰਕੇ ਇਹਨਾਂ ਨੇ ਪੁੱਛਗਿੱਛ ਵਗੈਰਾ ਕੀਤੀ, ਕੁੱਟਮਾਰ ਵਿੱਚ ਜਿਹੜਾ ਹੈਗਾ ਉਸ ਬੰਦੇ ਦੀ ਜਿਹੜੀ ਮੌਤ ਹੋ ਗਈ। ਤੁਹਾਡੇ ਰਾਹੀਂ ਆਪਾਂ ਪਹਿਲਾਂ ਵੀ ਇਹ ਜਿਹੜੇ ਨਸ਼ਾ ਰੋਕੂ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਮੈਸੇਜ ਦਿੰਦੇ ਰਹੇ ਹਾਂ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਓ, ਅਦਰਵਾਈਜ਼ ਜਿਹੜੀ ਕਾਨੂੰਨ ਹੈਗਾ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਊਗੀ। ਔਰ ਦਿਸ ਇਜ਼ ਦੀ ਇੰਸੀਡੈਂਟ ਜਿਹੜਾ ਤੁਸੀਂ ਦੇਖ ਰਹੇ ਹੈਗੇ ਹੋ, ਜਦੋਂ ਐਕਸੈਸ ਹੋ ਜਾਂਦੀ ਕਿਸੇ ਚੀਜ਼ ਦੀ ਤਾਂ ਉਹ ਚੀਜ਼ ਇਹੋ ਜਿਹੇ ਇੰਸੀਡੈਂਟ ਵਿੱਚ ਟਰਨ ਅਪ ਕਰਦੀ ਹੈਗੀ ਹੈ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਕਿ ਉਹ ਬੰਦੇ ਦੀ ਮੌਤ ਹੋਣ ਤੋਂ ਬਾਅਦ ਇਹਨਾਂ ਲੋਕਾਂ ਨੇ ਉਹਦੀ ਲਾਸ਼ ਨੂੰ ਖੁਰਦਬੁਰਦ ਵੀ ਕਰਤਾ ਅਤੇ ਇਸੇ ਕਰਕੇ ਜਿਹੜਾ ਹੈਗਾ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਔਰ ਅਗਲੀ ਜਿਹੜੀ ਹੈਗੀ ਹੈ ਉਹ ਤਫਤੀਸ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਹੋਰ ਵੀ 12 ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ, ਉਸ ਤੋਂ ਇਲਾਵਾ ਕੁਛ ਨਾਮਲੂਮ ਹੈਗੇ ਜਿਨ੍ਹਾਂ ਦਾ ਨਾਂ ਜਿਹੜਾ ਹੈਗਾ ਉਹ ਤਫਤੀਸ਼ ਦੌਰਾਨ ਜਿਹੜਾ ਹੈਗਾ ਉਹ ਦੇਖਿਆ ਜਾਊਗਾ ਕਿਹੜੇ ਕਿਹੜੇ ਬੰਦੇ ਇਹਦੇ 'ਚ ਇਨਵੋਲਵ ਸੀਗੇ। ਜਿਹੜੇ ਮੇਨ ਦੋਸ਼ੀ ਹੈਗੇ ਇਹਦੇ 'ਚ ਨਰਦੇਵ ਸਿੰਘ ਗੱਗੀ ਹੈਗਾ ਇੱਕ, ਗੁਰਪ੍ਰੀਤ ਸਿੰਘ ਤੱਤੂ ਹੈਗਾ ਔਰ ਹੈਪੀ ਸਿੰਘ ਹੈਗਾ, ਇੱਕ ਗਿਆਨੀ ਸਤਨਾਮ ਸਿੰਘ ਹੈ ਜਿਹਦੀ ਗੱਡੀ ਜਿਹੜੀ ਹੈਗੀ ਹੈ ਉਹ ਇਸਤੇਮਾਲ ਹੋਈ ਹੈ ਇਹਦੇ ਵਿੱਚ। ਉਹ ਬੰਦੇ ਹਜੇ ਗ੍ਰਿਫਤਾਰ ਹੋ ਚੁੱਕੇ ਨੇ, ਬਾਕੀਆਂ ਦੀ ਗ੍ਰਿਫਤਾਰੀ ਦੇ ਉਪਰਾਲੇ ਹੋ ਰਹੇ ਨੇ। ਹਾਂ, ਸਕਾਰਪੀਓ ਗੱਡੀ ਜਿਹੜੀ ਹੈਗੀ ਉਹ ਗਿਆਨੀ ਸਤਨਾਮ ਸਿੰਘ ਦੀ ਹੈਗੀ ਹੈ, ਉਹ ਕਰ ਲਈ ਗਈ ਬਰਾਮਦ। ਨਹੀਂ, ਹਜੇ ਵੈਪਨ ਦੀ ਕੋਈ ਰਿਕਵਰੀ ਨਹੀਂ ਹੋਈ ਹੈ, ਤਫਤੀਸ਼ ਜਿਹੜੀ ਹੈਗੀ ਸਾਡੀ ਜਾਰੀ ਹੈ। ਅੱਜ ਇਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾਣਾ ਹੈਗਾ, ਪੇਸ਼ ਅਦਾਲਤ ਕਰਨ ਤੋਂ ਬਾਅਦ ਜੋ ਵੀ ਅਗਲੀ ਜਿਸ ਤਰ੍ਹਾਂ ਰਿਮਾਂਡ ਸਾਨੂੰ ਮਿਲਦਾ ਹੈਗਾ ਉਹਦੇ 'ਚ ਇਹਨਾਂ ਦੀ ਫਰਦਰ ਜਿਹੜੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾਊਗੀ। ਦੇਖੋ ਜੀ, ਹੁਣ ਇਹ ਪੋਸਟਮਾਰਟਮ ਜਦੋਂ ਇੱਕ ਵਾਰੀ ਕੰਡਕਟ ਹੁੰਦਾ ਹੈਗਾ ਬੰਦੇ ਦਾ, ਉਸ ਤੋਂ ਬਾਅਦ ਕਲੀਅਰ ਹੋਊਗਾ ਕਿ ਕਿਹੜੇ ਹਥਿਆਰ ਇਸਤੇਮਾਲ ਹੋਏ ਸੀਗੇ, ਕੁੱਟਮਾਰ ਕਿਹੜੇ ਲੈਵਲ ਦੀ ਹੋਈ ਸੀਗੀ। ਉਹ ਜਿਹੜਾ ਸਾਰਾ ਕੁਝ ਆਊਗਾ ਤਫਤੀਸ਼ ਵਿੱਚ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ। ਨਹੀਂ, ਇਹ ਨਸ਼ਾ ਤਸਕਰ ਦੇ ਕੋਈ ਪਰਚਾ ਪਹਿਲਾਂ ਕੋਈ ਦਰਜ ਨਹੀਂ ਹੈ, ਬਾਕੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਹੈਗੀ ਉਸ ਸਿਲਸਿਲੇ ਜਾਰੀ ਹੈ। ਦੇਖੋ ਜੀ, ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ ਹੈਗਾ ਕਿ ਸਾਡੀ ਲਗਾਤਾਰ ਪਬਲਿਕ ਆਊਟਰੀ ਚੱਲ ਰਹੀ ਹੈਗੀ ਹੈ ਔਰ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਕਾਫੀ ਜਿਹੜਾ ਹੈਗਾ ਨਸ਼ੇ ਦੇ ਉੱਤੇ ਠੱਲ ਵੀ ਪਾਈ ਹੈਗੀ ਹੈ। ਕਾਫੀ ਪਿੰਡ ਇਹੋ ਜਿਹੇ ਹੈਗੇ ਨੇ ਜਿੱਥੇ ਕਮੇਟੀਆਂ ਜਿਹੜੀ ਹੈਗੀਆਂ ਨੇ ਸਾਡੇ ਨਾਲ ਸੂਚਨਾ ਸਾਂਝੀਆਂ ਕਰਦੀਆਂ ਹੈਗੀਆਂ ਔਰ ਉਹਦੇ ਉੱਤੇ ਬੇਸ 'ਤੇ ਕਾਫੀ ਕਾਰਵਾਈਆਂ ਪਿਛਲੇ ਲੈਵਲ ਦੇ ਕੀਤੀਆਂ ਵੀ ਗਈਆਂ ਹੈਗੀਆਂ ਨੇ।
ਕੁਝ ਇੱਕ ਕਮੇਟੀਆਂ ਹੈਗੀਆਂ ਨੇ ਜਿਹਦਾ ਜਿਹਦੇ ਵਿੱਚ ਇੱਕ ਘੁੰਮਣ ਕਲਾ ਦੀ ਕਮੇਟੀ ਖਾਸ ਹੈਗੀ ਹੈ ਜਿਹੜੀ ਕਾਨੂੰਨ ਹੱਥ 'ਚ ਲੈਣ ਦੇ ਵਾਲੇ ਪਾਸੇ ਚਲੀ ਜਾਂਦੀ ਹੈ ਔਰ ਉਸੇ ਕਰਕੇ ਜਿਹੜਾ ਹੈਗਾ ਆਹ ਇੰਸੀਡੈਂਟ ਹੋਇਆ ਹੈ ਔਰ ਉਹਦੇ ਹਿਸਾਬ ਨਾਲ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਗਈ ਹੈ। ਜਿਹੜੇ ਬੰਦਿਆਂ ਦਾ ਨਾਂ ਸਾਹਮਣੇ ਆਇਆ ਹੈਗਾ ਇਹਨਾਂ ਦਾ ਆਪਾਂ ਪਿਛੋਕੜ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦਾ ਕੀ ਬੈਕਗਰਾਊਂਡ ਹੈ, ਕੋਈ ਕ੍ਰਿਮੀਨਲ ਬੈਕਗਰਾਊਂਡ ਹੈਗਾ ਜਾਂ ਨਹੀਂ ਹੈ ਔਰ ਜੋ ਵੀ ਸਾਹਮਣੇ ਕੁਝ ਸਾਰਾ ਕੁਝ ਆਊਗਾ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ।